ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਹੁਣ ਆਥਣ ਦਾ ਟਾਈਮ ਹੈ ਜੀ, ਅਤੇ ਮੈਂ ਮੱਝਾਂ ਨਵਾ ਰਹੀ ਹਾਂ ਅਤੇ ਮਾਸਟਰ ਜੀ ਆਪਣੀ ਨਿਗਰਾਨੀ ਹੇਠ ਕੰਮ ਕਰਵਾ ਰਹੇ ਨੇ ਮਿਸਤਰੀਆਂ ਦੇ ਨਾਲ। ਅਤੇ ਪਹਿਲਾਂ ਮੈਂ ਦੋ ਮੱਝਾਂ ਨਵਾ ਕੇ ਬੰਨ੍ਹ ਦਿੱਤੀਆਂ ਨੇ, ਇਹ ਤੀਸਰੀ ਹੈ। ਰਿਪਨ ਗੁਰਲੀਨ ਖੇਡ ਰਹੇ ਨੇ। ਆਥਣ ਵੇਲੇ ਅਤੇ ਸਵੇਰ ਵੇਲੇ ਨਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈਗਾ। ਦੁਪਹਿਰੇ ਅਜੇ ਥੋੜ੍ਹਾ ਟਾਈਮ ਰੈਸਟ ਮਿਲ ਜਾਂਦੀ ਹੈ, ਸਵੇਰੇ ਸ਼ਾਮ ਤਾਂ ਬਹੁਤ ਜ਼ਿਆਦਾ ਕੰਮ ਹੁੰਦੇ ਨੇ, ਕਿਉਂਕਿ ਜੀ ਕੁਛ ਤਾਂ ਡੰਗਰ ਪਸ਼ੂ ਨਾਲ ਸਵੇਰੇ ਸ਼ਾਮ ਉਂਝੀ ਕੰਮ ਵਧੇ ਰਹਿੰਦੇ ਨੇ, ਕੁਛ ਘਰ ਦੇ ਵਿੱਚ ਮਿਸਤਰੀ ਲੱਗ ਗਏ ਤਾਂ ਕਰਕੇ ਕੰਮ ਜ਼ਿਆਦਾ ਫੈਲਿਆ ਹੋਇਆ ਹੈਗਾ। ਚਲੋ ਜੀ, ਕੰਮ ਹੁੰਦਾ ਜਿਹੜਾ ਇਨਸਾਨ ਦਾ ਕਰਮ ਹੁੰਦਾ ਹੈਗਾ, ਆਪਾਂ ਨੂੰ ਹੱਸ ਖੇਡ ਕੇ ਆਪਣੇ ਕੰਮ ਕਰ ਲੈਣੇ ਚਾਹੀਦੇ ਨੇ, ਫਿਰ ਬਰਕਤ ਪੈਂਦੀ ਹੈਗੀ ਜੇ ਆਪਾਂ ਆਪਣੇ ਕੰਮ ਖੁਸ਼ੀ ਖੁਸ਼ੀ ਕਰੀਏ। ਕਈ ਵਾਰ ਨਾ ਮੈਨੂੰ ਕਈ ਭੈਣਾਂ ਦੇ ਕਮੈਂਟ ਆ ਜਾਂਦੇ ਨੇ ਵੀ ਦੀਦੀ ਜਦੋਂ ਤੁਸੀਂ ਗਰਮੀ 'ਚ ਕੰਮ ਕਰਦੇ ਆ ਨਾ ਸਾਨੂੰ ਤਾਂ ਗੁੱਸਾ ਚੜ੍ਹ ਜਾਂਦਾ। ਗੁੱਸਾ ਨਹੀਂ ਚੜਾਉਣਾ ਚਾਹੀਦਾ ਜੀ, ਆਪਣੇ ਕੰਮ ਨੇ ਜਿਹੜੇ ਵਧੀਆ ਕਰਨੇ ਚਾਹੀਦੇ ਨੇ, ਹੱਸ ਖੇਡ ਕੇ ਕਰਨੇ ਚਾਹੀਦੇ ਨੇ, ਖੁਸ਼ੀ ਖੁਸ਼ੀ ਕਰਨੇ ਚਾਹੀਦੇ ਨੇ। ਗੁੱਸਾ ਨਾ ਕਈ ਵਾਰ ਮੈਨੂੰ ਆ ਜਾਂਦਾ ਕੰਮ ਕਰਦੀ ਨੂੰ, ਪਰ ਉਹ ਮੈਨੂੰ ਇਸ ਤਰ੍ਹਾਂ ਆਉਂਦਾ ਵੀ ਜਿਵੇਂ ਮੈਂ ਕੋਈ ਕੰਮ ਕਰਤਾ ਅਤੇ ਮੈਂ ਕੰਮ ਕਰਕੇ ਉਹ ਠੀਕ ਕਰਕੇ ਚਲੀ ਗਈ ਹਾਂ, ਅਤੇ ਮੇਰੇ ਆਉਂਦੇ ਨੂੰ ਕਈ ਵਾਰ ਬੱਚੇ ਉਹ ਉਲਟਾ ਕੰਮ ਕਰ ਦੇਣ, ਵੀ ਫਿਰ ਮੈਨੂੰ ਗੁੱਸਾ ਆ ਜਾਂਦਾ ਵੀ ਮੈਂ ਗਰਮੀ ਮਰ ਕੇ ਇੰਨਾ ਕੰਮ ਕਰਿਆ, ਵੀ ਹੁਣ ਤੁਸੀਂ ਪੁੱਠਾ ਕੰਮ ਕਰਤਾ ਮੇਰੇ ਆਉਂਦੀ ਨੂੰ। ਪਰ ਫਿਰ ਵੀ ਬੱਚੇ ਨੇ ਜੀ, ਕੋਈ ਗੱਲ ਨਹੀਂ। ਜਾਂ ਕਈ ਵਾਰ ਡੰਗਰ ਪਸ਼ੂ ਹੀ ਪੁੱਠਾ ਕੰਮ ਕਰ ਦਿੰਦੇ ਨੇਗੇ, ਕੋਈ ਖੁੱਲ੍ਹ ਗਿਆ ਜਾਂ ਕਿਸੇ ਨੇ ਬੂਟਾ ਤੋੜਤਾ, ਦਰਖਤ ਤੋੜਤਾ, ਫਿਰ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਵੀ ਮੈਂ ਮਸਾ ਲਾਇਆ ਸੀ ਜਾਂ ਸਾਂਭਿਆ ਸੀ ਇਹਨਾਂ ਨੇ, ਮੱਝਾਂ ਨੇ ਜਿਹੜਾ ਬੂਟਾ ਖਿੱਚ ਦਿੱਤਾ ਹੈਗਾ। ਅਤੇ ਆਥਣ ਦਾ ਟਾਈਮ ਹੈਗਾ, 4:30 ਹੋਏ ਹੋਏ ਨੇ ਪੌਣੇ 5। ਮਾਸਟਰ ਜੀ ਨਿੰਬੂ ਪਾਣੀ ਪਿਲਾ ਰਹੇ ਨੇ ਸਾਰਿਆਂ ਨੂੰ। ਹੋਰ ਵੀ ਪੇ ਡੈਡੀ ਅੰਦਰ ਜੀ ਪੀਣਾ ਸਾਨੂੰ। ਇਹ ਮਨਵੀਰ ਨੇ ਨਾ ਉੱਪਰੋਂ ਪੌੜੀਆਂ 'ਤੇ ਖੜ੍ਹ ਕੇ ਵੀਡੀਓ ਸ਼ੂਟ ਕੀਤੀ ਹੈ। ਜਿਹੜਾ ਆਪਣਾ ਘਰ ਹੈ ਬਹੁਤ ਜ਼ਿਆਦਾ ਖੁੱਲ੍ਹਾ ਲੱਗਣ ਲੱਗ ਗਿਆ, ਕਾਫੀ ਵਿਊਵਰਸ ਤਾਰੀਫ ਕਰ ਰਹੇ ਨੇ ਜੀ, ਬਹੁਤ ਸੋਹਣਾ ਘਰ ਲੱਗਣ ਲੱਗ ਗਿਆ। ਥੈਂਕ ਯੂ ਜੀ ਸਾਰਿਆਂ ਦਾ, ਤੁਸੀਂ ਬਹੁਤ ਖੁਸ਼ੀ ਦੇ ਨਾਲ ਸਾਰੇ ਜਣੇ ਵੀਡੀਓ ਵੇਖਦੇ ਹੋਗੇ, ਬਹੁਤ ਜ਼ਿਆਦਾ ਵੀਡੀਓ ਨੂੰ ਪਿਆਰ ਕਰਦੇ ਹੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਖੁਸ਼ ਰਹੋ ਹਮੇਸ਼ਾ, ਹੱਸਦੇ ਵਸਦੇ ਰਹੋ। ਬਸ ਹੋਰ ਲੱਗ ਜਾਣਗੇ ਜੀ 15-20 ਦਿਨ, ਆਪਣਾ ਘਰ ਆ ਜਿਹੜਾ ਕੰਪਲੀਟ ਹੋ ਜੂ। ਅਤੇ ਇੱਧਰ ਰਿਪਨ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ, ਮਿੱਟੀ ਪਵਾ ਰਿਹਾ ਹੈਗਾ। ਅਤੇ ਬਾਕੀ ਤੁਸੀਂ ਸਾਰੇ ਕੱਲ੍ਹ ਵਾਲੀ ਵੀਡੀਓ ਵਿੱਚ ਗੁਰਲੀਨ ਬਾਰੇ ਪੁੱਛ ਰਹੇ ਸੀ ਜੀ, ਗੁਰਲੀਨ ਬਿਲਕੁਲ ਠੀਕ ਹੈਗੀ, ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ। ਕਾਫੀ ਜ਼ਿਆਦਾ ਹੋ ਗਈ ਸੀ ਐਲਰਜੀ, ਢੂਹੀ 'ਤੇ ਵੀ ਸੀ ਅਤੇ ਪਿੱਛੇ ਵੀ ਹੋ ਗਈ ਸੀ, ਗਰਦਨ 'ਤੇ ਸੀ, ਬਾਂਹ 'ਤੇ ਸੀ। ਜਦੋਂ ਉਹਨਾਂ ਅਮਰਤ ਨੂੰ ਪਤਾ ਲੱਗਿਆ ਉਹਨੇ ਤਾਂ ਉਹਦੀ ਫੋਨ ਕਰਤਾ, ਡਰ ਗਈ ਉਹ ਤਾਂ ਵੀ ਜ਼ਿਆਦਾ ਨਾ ਵਾਧਾ ਵੱਜੇ। ਬਿਲਕੁਲ ਠੀਕ ਹੈ, ਕੱਲ੍ਹ ਦੀ ਦਵਾਈ ਨਾਲ ਹੀ ਮੋੜ ਪੈ ਗਿਆ। 3-3, 4-4 ਵਾਰ ਮੈਂ ਦਵਾਈ ਲਾਉਂਦੀ ਹੈਗੀ ਆਪਣੀ ਨਿਗਰਾਨੀ ਹੇਠ, ਦਵਾਈ ਦਿੰਦੀ ਹੈਗੀ, ਬਿਲਕੁਲ ਫਰਕ ਪੈ ਗਿਆ। ਕਈ ਵਿਵਰਸ ਕਹਿੰਦੇ ਸੀ ਵੀ ਕੋਈ ਮਾਤਾ ਨਾ ਹੋਵੇ, ਜਲ ਮਾਤਾ ਨਾ ਹੋਵੇ, ਕਾਫੀ ਵਿਵਰ ਆਏ ਚਿਕਨ ਪੌਕਸ ਨਹੀਂ ਜੀ, ਇਹ ਤਾਂ ਵੈਸੇ ਹੀ ਐਲਰਜੀ ਹੋ ਗਈ ਸੀ। ਹੁਣ ਨਾ ਮੌਸਮ ਐਸਾ ਹੀ ਚੱਲ ਰਿਹਾ ਹੈਗਾ, ਗੜ ਵਗੈਰਾ ਹੋਈ ਜਾਂਦੇ ਨੇ, ਇਸ ਕਰਕੇ ਅੱਜ ਕੱਲ੍ਹ ਆ ਕੇ ਹੋ ਜਾਂਦਾ, ਫਿਰ ਸਰੀਆਂ ਹੋ ਜਾਂਦੀਆਂ ਨੇ ਕਿਉਂਕਿ ਮੱਛਰ ਵਗੈਰਾ ਹੋ ਜਾਂਦਾ ਨਾ, ਬਸ ਉਹਦੇ ਪਾਣੀ ਜਿਹਾ ਲੱਗ ਕੇ ਇਸ ਤਰ੍ਹਾਂ ਦੀ ਹੁੰਦਾ, ਫਿਰ ਅੱਗੇ ਜਾ ਕੇ ਅੱਗੇ ਵੱਧ ਜਾਂਦਾ ਹੈਗਾ। ਬਿਲਕੁਲ ਠੀਕ ਆ ਜੀ, ਹੁਣ ਤੁਸੀਂ ਟੈਨਸ਼ਨ ਨਾ ਕਰੋ। ਕੱਲ੍ਹ ਸਾਰੇ ਵਿਊਵਰਸ ਨੇ ਪੁੱਛਿਆ ਵੀ ਮਨਵੀ ਗੁਰਲੀਨ ਕਿਵੇਂ ਹੈਗੀ। ਚਲੋ ਜੀ, ਅੱਜ ਆਪਾਂ ਤੁਹਾਨੂੰ ਮਿਲਕਿੰਗ ਦਿਖਾਵਾਂਗੇ। ਇੱਕ ਮੱਝ ਦੀ ਧਾਰ ਮੈਂ ਪਹਿਲਾਂ ਕੱਢ ਲਈ ਹੈ, ਜਿਹੜੀ ਤੋਕੜ ਹੈਗੀ ਨਾ ਉਹ ਲੰਗੇ ਡੰਗ ਪੈਂਦੀ ਹੈ, ਉਹਦੀ ਮੈਂ ਧਾਰ ਕੱਢ ਲਈ ਸੀ ਦੁਪਹਿਰੇ। ਅਤੇ ਦੋ ਦੀ ਧਾਰ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਨਵੀਆਂ ਸੂਈਆਂ ਨੇ। ਮੱਝਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਮੈਂ ਗੋਹਾ ਜਿਹੜਾ ਸੁੱਟ ਦਿੱਤਾ ਹੈਗਾ, ਅਤੇ ਹੁਣ ਮੈਂ ਕੱਢੂੰਗੀ ਜੀ ਧਾਰਾਂ। ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਧਾਰ ਜਿਹੜੀ ਇਹ ਮੱਝ ਆਪਣੀ ਹੁਣ ਸੂਈ ਹੈਗੀ।
मुंडे की मम्मी की व्यूवर्स कहते जी बधाई हो गए मुंडा आया। पहला आप जी कट्टा दिता जी मज ने वो धार क्ढा बहुत ज़्यादा तंग करता कट्टा खिंच के लै जाता है बेचारी ये वधिया परी जिधर मर्जी खिंच लो वो आ जाती वह तो बहुत ज़्यादा तंग करता है जब सुता रहूगा जो खिंचते हैं फिर आता नहीं है धक्के मसा खिच खिच के लिया पैदा जिन्ना अगे खिंचते उन्ना पिछे जाता जो पिछों धक्का लाने फिर पिछे होर जाता किसी तरह भी ठीक नहीं आता है इधर देखो परी है जी कि छाला मार रही है ये तो ना बस नहीं चलता जोर नहीं चलता हूँ इन भी भुख लगी है इन भी इस तरह भी जल्दी मैं दुध मिल जाए छाला मार रही है उपर दी जा रही है रात को भी असं काफ़ी दूर बन के पैने गे एक दिन थोड़ी ने काफ़ी दूर से पता नहीं किमें लफ लफ के चुंग गई फिर सवेर में औखी हुई क्योंकि कट्टू जो सारा दुध चुंग ले सवेरे फिर औखा हों। चलो जी आप अज तुहानू मिल्किंग विखा दें तो काफ़ी ज़्यादा रिक्वेस्ट से भी दीदी तुम मझा की मिल्किंग करो तो बाकी तुम कह रहे थे बोली नू बोली मैं नहीं बनाई हैगी मझ नू ही पिला दिनी हाँ दुध क्योंकि पहली फिणसियां हुई पीया ने मैं इस तरह भी गरमैश दियां होण भी ज़्यादा ना बजन इस करके बोली नहीं बनाई हैगी।
लो जी एक पुट्ठा काम हो गया। मझ जी खुल गई है ये ना जी थोड़ी जी कुंडी पाती जो ये कुंडी पा दें फिर उपरों मूँह नाल खिंच दी हैगी इस करके ये किल पाना पैंता फिर इन्हों का मूँह नाल जीव ना खिंची नहीं जाती जिदे कुंडी होंगी उस दिन ही खुल जाती है एक दिन रात में पहला खुल गई सी तो हूँ धार कटदी कटदी मैं बन्नी हाँ इतने मैं डर लग रहा है भी कितने झोटी हल ना जाए क्योंकि कई बार पशु हल जाता भी मैं तो मेरे हेठों धार कटते कटते उठ के चले गए नहीं वैसे कुछ कहा नहीं है नहीं दोबारे मैं बैठ गई हाँ धार क्ढन कई बार पशु है जो लत्त मार दूँ जी साड़िया मझा ठीक ने जी सील ने बालियाँ कौड़ नहीं है
ਲੜੇ ਮੂੰਹ ਨਾਲ ਖੋਲ ਲੈਂਦੀ ਕੁੰਡੀ ਜੀ ਆ ਕਿੱਲ ਪਾ ਦੇ ਇਹਦਾ ਮੂੰਹ ਨਾਲ ਖੋਲ ਕੱਟਦੀ ਇਹਨੂੰ ਕੁੰਡੀ ਆ ਦੂਜਾ ਕਿੱਲ ਪਾ ਦਿਓ ਕਿਹੜੀ ਕੁੰਡੀ ਕੱਟਦੀ ਇਹਨੇ ਆ ਪੀ ਲੈ ਮੈਂ ਇਸ ਮੂੰਹ ਨਾਲ ਖਿੱਚ ਦਿੰਦੀ ਹਾਂ ਹੋਰ ਪਾ ਦਿਓ ਕੋਈ ਖੁੱਲੇ ਨਹੀਂ ਹੁਣ ਸਾਜਾ ਨਾ ਮੂੰਹ ਨਹੀਂ ਕੁੰਡੀ चलो जी मझां का कम अपना निबड़ गया उन्होंने गोहा चक्या गया नमाइया गई धारा कड़िया गई कख कंडा पा दिता तो बाहर बदल उठा हुआ हवा भी चल रही है ठंडी हो सकता रात को मीह आ जाए तो मैं बनानी है जी हूँ सब्जी उस तो बाद बनावे आप रोटी तो आप ब्लॉग का एंड भी इतने कर देंगे चलो जी फिर आप अजय ब्लॉग का एंड इतने करते हैं नैक्सट ब्लॉग में मिलते हैं तद तक के लिए सत श्री अकाल मेरा वसदा रहे पंजाब खुश रहो आबाद रहो हंसते रहो वसते रहो।